ਅਮਰੀਕਾ ਜੈਸੇ ਦੇਸ਼ ਨੂੰ 100 ਤੋਂ ਉੱਪਰ ਮੈਡਲ ਆਏ ਆ, ਚੀਨ ਜੈਸੇ ਦੇਸ਼ ਦੇ ਵੀ 100 ਦੇ ਆਸ ਪਾਸ ਮੈਡਲ ਆਏ ਆ, ਸਾਡੇ ਦੇਸ਼ ਦੇ ਵਿੱਚ ਸਿਰਫ 6 ਮੈਡਲ ਆਏ ਆ। ਕਿਉਂਕਿ ਸਾਡੇ ਦੇਸ਼ ਦੇ ਲੋਕ ਆਉਣਾ ਚਾਹੀਦਾ, ਸਾਡਾ ਸਰੀਰ ਵੀ ਤੰਦਰੁਸਤ ਹੋਣਾ ਚਾਹੀਦਾ ਵਾ ਪਰਮੇਸ਼ੁਰ ਦੀ ਮਹਿਮਾ ਦੇ ਵਾਸਤੇ। ਜ਼ਰੂਰ ਤੁਹਾਡੇ ਵਿੱਚ ਦੱਸੋ ਕਿ ਤੁਸੀਂ ਰੋਜ਼ ਖੇਡਦੇ ਹੋ, ਕਿੰਨਾ ਚਿਰ ਹੋ ਗਿਆ ਖੇਲਿਆ ਨਾ। ਇਹ ਕਹਿ ਰਹੇ ਆ ਕਿ ਬਚਪਨ ਦੇ ਵਿੱਚ ਹੀ ਖੇਲੀਦਾ ਵਾ। ਇਨਸਾਨ ਸਿਰਫ ਕੰਮ ਕਰਦਾ ਰਹੇ, ਕੰਮ ਕਰਦਾ ਰਹੇ, ਕੰਮ ਕਰਦਾ ਰਹੇ, ਇਹ ਚੰਗੀ ਗੱਲ ਨਹੀਂ ਆ। ਇਨਸਾਨ ਦੀ ਬੋਡੀ ਨੂੰ ਰੈਸਟ ਦੀ ਵੀ ਜ਼ਰੂਰਤ ਪੈਂਦੀ ਹੈ ਅਤੇ ਮਨ ਨੂੰ ਵੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਖੇਲਣਾ ਚਾਹੀਦਾ ਵਾ। ਥੋੜ੍ਹੇ ਸਾਲ ਪਹਿਲਾਂ ਦੀ ਗੱਲ ਆ ਅਤੇ ਮੇਰੀ ਆਦਤ ਆ, ਮੈਂ ਬੱਚਿਆਂ ਨਾਲ ਵੀ ਖੇਡ ਲੈਂਦਾ ਵਾਂ ਅਤੇ ਵੱਡਿਆਂ ਨਾਲ ਵੀ। ਅਤੇ ਮੈਂ ਬੱਚਿਆਂ ਨਾਲ ਖੇਡ ਰਿਹਾ ਸੀਗਾ, ਡੱਡੂ ਰੇਸ ਹੁੰਦੀ ਹੈ ਨਾ, ਫਰੋਗ ਰੇਸ, ਡੱਡੂ ਬਣ ਕੇ, ਹੈ ਨਾ। ਮੇਰੀ ਉਮਰ ਦਾ ਇੱਕ ਭਾਜੀ ਆਇਆ, ਕਹਿਣ ਲੱਗੇ ਮੈਨੂੰ, ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਕਿਹਾ ਕਿਉਂ? ਕਹਿੰਦੇ ਤੂੰ ਬੱਚਿਆਂ ਨਾਲ ਖੇਡ ਰਿਹਾ ਵਾਂ। ਮੈਂ ਕਿਹਾ ਇਸ ਤਰ੍ਹਾਂ ਤਾਂ ਫਿਰ ਟੀਚਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਟੀਚਰ ਨਹੀਂ ਸਕੂਲਾਂ 'ਚ ਪੜ੍ਹਾਉਂਦੇ ਬੱਚੇ, ਛੋਟੇ ਛੋਟੇ ਬੱਚਿਆਂ ਨੂੰ? ਫਿਰ ਤਾਂ ਸੇਵਕ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਲੋਕਾਂ ਨੂੰ ਸਿਖਾਉਣ ਵਾਸਤੇ। ਜਦੋਂ ਅਸੀਂ ਸਮਾਜ ਦੇ ਤਰੀਕੇ ਨਾਲ, ਦੁਨੀਆਂ ਦੇ ਤਰੀਕੇ ਨਾਲ ਚੱਲਦੇ ਹਾਂ ਨਾ, ਅਸੀਂ ਦੁਖੀ ਰਹਿੰਦੇ ਹਾਂ। ਜਦੋਂ ਅਸੀਂ ਵਚਨ ਦੇ ਤਰੀਕੇ ਨਾਲ ਚੱਲਦੇ ਹਾਂ, ਅਸੀਂ ਖੁਸ਼ ਰਹਿੰਦੇ ਹਾਂ। ਵਚਨ 'ਚ ਕਿਤੇ ਮਨ੍ਹਾ ਕੀਤਾ ਗਿਆ ਵਾ ਕਿ ਆਪਣੇ ਬੱਚਿਆਂ ਦੇ ਨਾਲ ਟਾਈਮ ਨਾ ਬਿਤਾਓ? ਵਚਨ 'ਚ ਮਨ੍ਹਾ ਕੀਤਾ ਗਿਆ ਕਿ ਨਾ ਖੇਡੋ? ਬਲਕਿ ਵਚਨ ਦੇ ਵਿੱਚ ਦੱਸਿਆ ਗਿਆ ਵਾ ਵੀ ਤੁਹਾਡੀ ਸਿਹਤ ਵੀ ਠੀਕ ਰਹਿਣੀ ਚਾਹੀਦੀ ਆ। ਇਸ ਕਰਕੇ ਖੇਡਣਾ ਤੁਹਾਡੇ ਵਾਸਤੇ ਵੀ ਜ਼ਰੂਰੀ ਆ, ਸਾਰਿਆਂ ਵਾਸਤੇ, ਜਵਾਨਾਂ ਵਾਸਤੇ ਵੀ ਅਤੇ ਬਜ਼ੁਰਗਾਂ ਵਾਸਤੇ ਵੀ। ਅੱਛਾ, ਪੜ੍ਹਾਈ ਕਿੰਨਾ ਵਾਸਤੇ ਜ਼ਰੂਰੀ ਆ? ਇਕੱਲੀ ਬੱਚਿਆਂ ਵਾਸਤੇ? ਇਹ ਮੰਨ ਲਓ ਕਿ ਉਹ 10 ਕਲਾਸਾਂ ਉਹਨੇ ਕੀਤੀਆਂ, ਤਾਂ ਕੀ ਉਹਨੂੰ ਅੱਗੇ ਪੜ੍ਹਨਾ ਨਹੀਂ ਚਾਹੀਦਾ? ਛੱਡ ਦੇਣਾ ਚਾਹੀਦਾ ਵਿੱਚ ਹੀ? ਪੜ੍ਹਨਾ ਚਾਹੀਦਾ। ਪੜ੍ਹਨਾ ਕਿਉਂ ਚਾਹੀਦਾ ਵਾ? ਪੜ੍ਹਨ ਦੇ ਨਾਲ ਹੋਰ ਗਿਆਨ ਮਿਲਦਾ, ਹੋਰ ਸਮਝ ਮਿਲਦੀ ਆ, ਅਤੇ ਜ਼ਿੰਦਗੀ ਦੇ ਵਿੱਚ ਅਸੀਂ ਹੋਰ ਅੱਗੇ ਵਧਦੇ ਹਾਂ। ਨਹੀਂ ਤਾਂ ਅਸੀਂ ਉੱਥੇ ਕੁ ਜਿਹੇ ਠਹਿਰਦੇ ਰਹਿੰਦੇ ਹਾਂ। ਸਾਡਾ ਸਰੀਰ ਵੱਧਦਾ ਰਹਿੰਦਾ ਵਾ, ਲੇਕਿਨ ਮਨ ਦਾ ਵਿਕਾਸ ਨਹੀਂ ਹੁੰਦਾ, ਦਿਮਾਗ ਦਾ ਵਿਕਾਸ ਨਹੀਂ ਹੁੰਦਾ। ਸਰੀਰ ਵੱਧਦਾ ਰਹਿੰਦਾ ਵਾ, ਸਰੀਰ ਵੱਧਦਾ ਰਹੇਗਾ, ਬਾਹਰੋਂ ਅਸੀਂ ਬੁੱਢੇ ਹੋ ਰਹੇ ਹਾਂ, ਮਨ ਜਿਹੜਾ ਵਾ ਜਾਂ ਦਿਮਾਗ ਜਿਹੜਾ ਵਾ ਉਹ ਉੱਥੇ ਦਾ ਉੱਥੇ ਹੀ ਰਹੇਗਾ। ਜਿੰਨਾ ਕੁ ਉਹਨੇ ਸਿੱਖ ਲਿਆ ਪਹਿਲਾਂ, ਉਹਨੇ ਦਾ ਉਨਾ ਹੀ ਰਹੇਗਾ। ਹਰ ਇੱਕ ਵਾਸਤੇ ਖੇਡਣਾ ਜ਼ਰੂਰੀ ਆ, ਹਰ ਇੱਕ ਵਾਸਤੇ ਪੜ੍ਹਨਾ ਜ਼ਰੂਰੀ ਆ। ਤੁਸੀਂ ਵੀ ਕਰ ਸਕਦੇ ਹੋ, ਘਰ ਦੇ ਵਿੱਚ ਤੁਸੀਂ ਜ਼ਿਆਦਾ ਮਹਿੰਗਾ ਨਹੀਂ, ਸਸਤਾ ਜਿਹਾ ਹੀ ਫੁੱਟਬਾਲ ਲੈ ਕੇ ਆ ਸਕਦੇ ਹੋ ਖੇਡਣ ਵਾਸਤੇ। ਫੁੱਟਬਾਲ ਖੇਡ ਸਕਦੇ ਹਾਂ ਅਸੀਂ, ਚਿੜੀ ਛਿੱਕਾ ਖੇਡ ਸਕਦੇ ਹਾਂ, ਬੈਡਮਿੰਟਨ ਜਿਹਨੂੰ ਕਹਿੰਦੇ ਆ। ਇਹ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਜਦੋਂ ਅਸੀਂ ਬੱਚਿਆਂ ਦੇ ਨਾਲ ਸਮੇਂ ਬਿਤਾਉਂਦੇ ਹਾਂ, ਉਹ ਵੀ ਤੁਹਾਨੂੰ ਪਹਿਲੀ ਵਾਰੀ ਖੇਡਦਿਆਂ ਦੇਖਣਗੇ, ਉਹ ਵੀ ਹੱਸਣਗੇ ਕਿ ਇਹ ਕਿੱਦਾਂ ਖੇਡਦੇ ਆ। ਸਿਸਟਰ ਜੀ ਸਾਡੇ ਦੱਸਣਗੇ ਕਿ ਤੁਸੀਂ ਆਪਣੇ ਬਚਪਨ ਦੇ ਵਿੱਚ ਸਟਾਪੂ ਖੇਡਿਆ। ਹਾਂ, ਪਹਿਲਾਂ ਬੜੇ ਜਾਣੇ ਖੇਡਦੇ ਸੀਗੇ, ਅਤੇ ਜੇ ਤੁਸੀਂ ਦੁਬਾਰਾ ਖੇਡਣਾ ਸ਼ੁਰੂ ਕਰ ਦਿਉ ਤਾਂ ਆਸ ਪਾਸ ਵਾਲੇ ਲੋਕ ਪਹਿਲਾਂ ਤੁਹਾਨੂੰ ਮਜ਼ਾਕ ਕਰਨਗੇ। 60 ਸਾਲ ਦੀ, 50 ਸਾਲ ਦੀ, ਇਹ ਲੱਗਦਾ ਇਹਨੂੰ ਸ਼ਰਮ ਨਹੀਂ ਆਉਂਦੀ, ਖੇਡਣ ਡੇ ਹੀ ਜਾਂਦੇ ਆ, ਇਹ ਤਾਂ ਕੋਈ ਨਿਆਣੀ ਹੈ। ਇਹ ਹੁੰਦੀ ਆ ਦੁਨੀਆਂ ਦੀ ਸੋਚ। ਇਨਸਾਨ ਨੂੰ ਆਪਣਾ ਸਰੀਰ ਤੰਦਰੁਸਤ ਇਸ ਕਰਕੇ ਰੱਖਣਾ, ਪਰਮੇਸ਼ੁਰ ਨੂੰ ਜ਼ਰੂਰਤ ਵਾ ਇਸ ਸਰੀਰ ਦੀ ਵੀ। ਸਾਨੂੰ ਜੇ ਦੁਨੀਆਂ ਵੱਲ ਦੇਖ ਕੇ ਅਸੀਂ ਡਰ ਗਏ ਜਾਂ ਦੁਨੀਆਂ ਵੱਲ ਦੇਖ ਕੇ ਅਸੀਂ ਸ਼ਰਮਾ ਗਏ, ਫਿਰ ਨਹੀਂ ਅਸੀਂ ਰਹਿ ਸਕਦੇ, ਫਿਰ ਅਸੀਂ ਕੁਛ ਨਹੀਂ ਕਰ ਸਕਦੇ, ਵਚਨ ਵੀ ਨਹੀਂ ਸਿੱਖ ਸਕਦੇ, ਸੇਵਾ ਵੀ ਨਹੀਂ ਕਰ ਸਕਦੇ। ਤੁਹਾਨੂੰ ਆਪਣੇ ਕੋਲੋਂ ਵੀ ਸ਼ਰਮ ਆਉਣੀ ਆ, ਪਹਿਲਾਂ ਆਪਣੇ ਕੋਲੋਂ, ਫਿਰ ਆਪਣੇ ਘਰ ਦੇ ਮੈਂਬਰਾਂ ਕੋਲੋਂ। ਉਹਨਾਂ ਨੇ ਕਹਿਣਾ ਵਾ ਲੈ ਇਹ ਕੋਈ ਨਿਆਣੀ ਆ, ਬਾਹਰਲਿਆਂ ਨੇ ਵੀ ਕਹਿਣਾ। ਅਤੇ ਕੀ ਇੱਕ ਇਨਸਾਨ ਨੂੰ ਹੱਕ ਨਹੀਂ ਹੈ ਖੁਸ਼ ਹੋਣ ਦਾ? ਭਲਾ ਖੁਸ਼ ਰਵਾਂਗੇ ਅਤੇ ਦਿਮਾਗ ਜਿਹੜਾ ਤੰਦਰੁਸਤ ਰਹੇਗਾ, ਸਾਡਾ ਪੂਰਾ ਸਰੀਰ ਤੰਦਰੁਸਤ ਰਹੇਗਾ, ਅਤੇ ਸਰੀਰ ਪਰਮੇਸ਼ੁਰ ਦੇ ਕੰਮ ਆ ਜਾਏ, ਇਹਦੇ 'ਚ ਕਿਹੜੀ ਮਾੜੀ ਗੱਲ ਆ ਭਲਾ? ਤੁਸੀਂ ਕਦੀ ਖੇਡ ਕੇ ਦੇਖਿਓ, ਜਦੋਂ ਤੁਸੀਂ ਖੇਡੋਗੇ ਖੇਡਣ ਦੇ ਨਾਲ। ਮੈਂ ਤਾਂ ਇਹ ਚਾਹੁੰਦਾ ਵਾਂ ਕਿ ਪੂਰਾ ਦੇਸ਼ ਵੀ ਜੇ ਮੇਰੀ ਆਵਾਜ਼ ਸੁਣ ਰਿਹਾ ਹੋਵੇ, ਤਾਂ ਮੈਂ ਇਹ ਚਾਹੁੰਦਾ ਵਾਂ ਕਿ ਹਰ ਇੱਕ ਦੇਸ਼ ਦੇ ਵਾਸੀ ਨੂੰ ਖੇਡਣਾ ਚਾਹੀਦਾ ਵਾ।
ਖੇਡਣਾ ਇਸ ਕਰਕੇ ਜ਼ਰੂਰੀ ਹੈ ਕਿ ਖੇਡਦੇ ਸਾਨੂੰ ਚੇਤਾ ਭੁੱਲ ਜਾਂਦਾ ਵਾ, ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਛੱਡ ਦਿੰਦੇ ਹਾਂ, ਅਸੀਂ ਆਪਣੀਆਂ ਆਉਣ ਵਾਲਾ ਕੀ ਕਰਨਾ, ਅਸੀਂ ਕੱਲ੍ਹ ਕੀ ਕਰਨਾ ਉਹ ਅਸੀਂ ਛੱਡ ਦਿੰਦੇ ਹਾਂ, ਅਤੇ ਉਹ ਵਚਨ ਯਾਦ ਰੱਖਣ ਵਿੱਚ ਫਿਰ ਸਾਡੀ ਮਦਦ ਕਰਦੀਆਂ ਨੇ ਖੇਡਾਂ। ਹੁਣ ਸਾਡੇ ਦੇਸ਼ ਇੱਕ ਟੁਕੜੀ ਗਈ ਸੀਗੀ ਜਵਾਨਾਂ ਦੀ ਪੈਰਿਸ ਦੇ ਵਿੱਚ, ਫਰਾਂਸ ਦੀ ਰਾਜਧਾਨੀ, ਉੱਥੇ ਓਲੰਪਿਕ ਦੀਆਂ ਖੇਡਾਂ ਹੁੰਦੀਆਂ 4 ਸਾਲ ਬਾਅਦ, ਅੰਤਰਰਾਸ਼ਟਰੀ ਲੈਵਲ ਦੀਆਂ ਉਹ ਖੇਡਾਂ ਹੁੰਦੀਆਂ ਨੇ। ਹੁਣ ਉੱਥੇ ਅਮਰੀਕਾ ਜੈਸੇ ਦੇਸ਼ ਨੂੰ 100 ਤੋਂ ਉੱਪਰ ਮੈਡਲ ਆਏ ਆ, ਕਿੰਨੇ 100 ਤੋਂ ਉੱਪਰ, ਚੀਨ ਜੈਸੇ ਦੇਸ਼ ਦੇ ਵੀ 100 ਦੇ ਆਸ ਪਾਸ ਮੈਡਲ ਆਏ ਆ, ਸਾਡੇ ਦੇਸ਼ ਦੇ ਵਿੱਚ ਸਿਰਫ 6 ਮੈਡਲ ਆਏ ਆ, ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਨੂੰ ਸ਼ਰਮ ਬੜੀ ਆਉਂਦੀ ਆ ਸਹੀ ਕੰਮ ਕਰਨ ਲੱਗਿਆ। ਕੋਈ ਬੈਡ 'ਤੇ ਹੋਵੇਗਾ ਹੈ ਨਾ, ਉਦੋਂ ਸਾਰੇ ਅਫਸੋਸ ਕਰਨਗੇ, ਲੇਕਿਨ ਜੇ ਉਹ ਕਿਤੇ ਉਹੀ ਇਨਸਾਨ ਆਪਣੀ ਜਵਾਨੀ 'ਚ ਜਾਂ ਬੁਢਾਪੇ 'ਚ ਵੀ ਜੇ ਉਹ ਖੇਡਣਾ ਸ਼ੁਰੂ ਕਰਦੇ, ਲੋਕ ਕਹਿਣਗੇ ਇਹਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਉਹ ਨਿਆਣਾ ਵਾ, ਅਤੇ ਨਿਆਣਾ ਬਣ ਕੇ ਹੀ ਜ਼ਿੰਦਗੀ ਜੀ ਜਾਂਦੀ ਆ, ਰੱਬ ਸਾਹਮਣੇ ਤਾਂ ਨਿਆਣੇ ਹੀ ਆ ਨਾ, ਅਸੀਂ ਰੱਬ ਦੇ ਬੱਚੇ ਹੀ ਹਾਂ ਅਸੀਂ, ਅਤੇ ਅਸੀਂ ਆਪਣੀ ਸਿਹਤ ਨੂੰ, ਸਿਹਤ ਦਾ ਧਿਆਨ ਰੱਖਣ ਵਾਸਤੇ, ਦੂਸਰੀ ਗੱਲ ਸਾਡਾ ਮਨ ਖੁਸ਼ ਰਹੇ, ਸਾਨੂੰ ਖੇਡਣਾ ਚਾਹੀਦਾ ਵਾ। ਇਸ ਕਰਕੇ ਜ਼ਿਆਦਾ ਨਹੀਂ ਥੋੜ੍ਹਾ ਖੇਡ ਕੇ ਦੇਖਿਓ, ਨਾ ਪਿਛਲੇ ਸਮੇਂ ਦੀ ਕੋਈ ਪਰੇਸ਼ਾਨੀ, ਨਾ ਆਉਣ ਵਾਲੇ ਸਮੇਂ ਦਾ ਕੋਈ ਖਿਆਲ ਕਿ ਕੱਲ੍ਹ ਨੂੰ ਮੈਂ ਕੀ ਕਰਾਂਗਾ, ਧਿਆਨ ਹੋਣਾ ਕਿ ਮੈਂ ਹੁਣ ਖੇਡ ਲਵਾਂ। ਇਸ ਕਰਕੇ ਇਸੇ ਤਰ੍ਹਾਂ ਹੀ ਵਚਨ ਆ, ਵਚਨ ਸਾਨੂੰ ਸਿਖਾਉਂਦਾ ਕਿ ਇਸ ਸਮੇਂ ਵਿੱਚ ਰਹਿ, ਆਉਣ ਵਾਲੇ ਸਮੇਂ ਬਾਰੇ ਨਾ ਸੋਚ, ਇਸ ਸਮੇਂ ਵਿੱਚ ਰਹਿ, ਆਪਣੇ ਆਪ ਕੋਲੋਂ ਵੀ ਨਹੀਂ ਸ਼ਰਮਾਉਣਾ, ਕਿਸੇ ਕੋਲੋਂ ਵੀ ਨਹੀਂ ਸ਼ਰਮਾਉਣਾ, ਆਪਣੀ ਸਿਹਤ ਦਾ ਧਿਆਨ ਰੱਖਣ ਵਾਸਤੇ ਫਿਰ ਤੋਂ ਜਵਾਨ ਹੋਣਾ ਵਾ। ਅਤੇ ਜਿਹੜੇ ਖੇਡਦੇ ਆ ਉਹਨਾਂ ਦੀ ਉਮਰ ਵੀ ਲੰਬੀ ਹੁੰਦੀ ਆ, ਵੈਸੇ ਵੀ ਉਹ ਸਰੀਰ ਪੱਖੋਂ ਵੀ ਜਵਾਨ ਰਹਿੰਦੇ ਆ, ਅਸੀਂ ਤੰਦਰੁਸਤੀ ਵੀ ਰਹਿੰਦੇ ਅਤੇ ਜਵਾਨ ਵੀ ਰਹਿੰਦੇ ਹਾਂ, ਅਤੇ ਪਰਮੇਸ਼ੁਰ ਨੂੰ ਜਵਾਨਾਂ ਦੀ ਜ਼ਰੂਰਤ ਆ। ਉਸ ਸਮੇਂ ਥੋੜ੍ਹੀ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਰਪਣ ਕਰਨਾ ਜਦੋਂ ਬੋਲਿਆ ਵੀ ਨਾ ਜਾਵੇ, ਜਦੋਂ ਹੱਥ ਪੈਰ ਵੀ ਨਾ ਹਿੱਲਣ ਸਾਡੇ। ਦੁਨੀਆ ਕਹਿੰਦੀ ਆ ਕਿ ਭਗਤੀ ਕਰਨ ਦੀ ਉਮਰ ਉਹ ਵਾ ਜਦੋਂ ਇਨਸਾਨ ਬਜ਼ੁਰਗ ਹੋ ਜਾਂਦਾ, ਜਦੋਂ ਬੁੱਢਾ ਹੋ ਜਾਂਦਾ ਵਾ। ਭਗਤੀ ਕਰਨ ਦੀ ਜਿਹੜੀ ਉਮਰ ਵਾ ਉਹ ਬਚਪਨ ਵੀ ਆ, ਜਵਾਨੀ ਵੀ ਆ, ਬੁਢਾਪਾ ਵੀ ਆ, ਲੇਕਿਨ ਸਭ ਤੋਂ ਜ਼ਿਆਦਾ ਤਾਕਤ ਹੁੰਦੀ ਇਨਸਾਨ ਦੇ ਵਿੱਚ ਜਦੋਂ ਜਵਾਨ ਹੁੰਦਾ ਵਾ। ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦਿਖਾਉਣੀ ਆ, ਆਪਣੇ ਆਪ ਤੋਂ ਵੀ ਸ਼ਰਮ ਨਹੀਂ ਕਰਨੀ, ਕਿਸੇ ਤੋਂ ਵੀ ਸ਼ਰਮ ਨਹੀਂ ਕਰਨੀ। ਨੇਕੀ ਕਰਨ ਲੱਗਿਆ ਸ਼ਰਮਾਉਣਾ ਨਹੀਂ ਆ, ਸਹੀ ਕੰਮ ਕਰਨ ਲੱਗਿਆ ਸ਼ਰਮਾਉਣਾ ਨਹੀਂ ਆ, ਭਲਾ ਕਰਨ ਲੱਗਿਆ ਸ਼ਰਮਾਉਣਾ ਨਹੀਂ ਆ, ਬੁਰਿਆਈ ਕਰਨ ਲੱਗਿਆ ਸ਼ਰਮਾਓ, ਗਲਤ ਸ਼ਬਦ ਬੋਲਣ ਲੱਗਿਆ ਕਿਸੇ ਨੂੰ ਉਦੋਂ ਸ਼ਰਮਾਓ, ਉਦੋਂ ਝਕੋ, ਲੇਕਿਨ ਸਹੀ ਬੋਲਣ ਲੱਗਿਆ ਨਾ ਸ਼ਰਮਾਓ।